ਪੁੱਛਣਾ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਇਹ ਮਣੀਪੁਰ ਆ ਜੋ ਮਣੀਪੁਰ ਦੇ ਵਿੱਚ ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਸਾਡੀਆਂ ਉੱਥੇ ਭੈਣਾਂ ਦੇ ਨਾਲ ਉਹਨੂੰ ਨੰਗਾ ਕਰਕੇ ਭਜਾਇਆ ਗਿਆ, ਉਹਦਾ ਸਾਡੇ ਇੱਥੇ ਪੰਜਾਬ ਦੇ ਵਿੱਚ ਜਿਹੜਾ ਵਾ ਸਾਡੀਆਂ ਭੈਣਾਂ ਨੂੰ ਉੱਥੇ ਬਦਤਮੀਜ਼ੀ ਕੀਤੀ ਗਈ ਉਹਨਾਂ ਦੇ ਨਾਲ। ਇੱਥੇ ਜੈਸੇ ਪਿਸਟਲ ਥਾ, ਬੰਦੂਕ ਥੀ ਔਰ ਕਈ ਤੇਜ਼ਧਾਰ ਹਥਿਆਰ ਥੇ ਉਨਕੇ ਪਾਸ, ਔਰ 250 ਲੋਕ ਹਮਾਰੀ ਚਰਚ ਕੇ ਮੈਂਬਰ ਵੀ ਥੇ ਯਹਾਂ ਪਰ, ਔਰ ਜਿਨਕੇ ਬੀਚ ਮੇਂ ਆਕਰ ਪਰਮੇਸ਼ਵਰ ਕੀ ਆਰਾਧਨਾ ਕੋ, ਪਰਮੇਸ਼ਵਰ ਕੇ ਕਲਾਮ ਕੋ ਰੋਕਾ ਗਿਆ। ਸ਼ਰਮਦਾਸੀਏ ਚੈਨਲ 'ਤੇ ਤੁਹਾਡਾ ਸਵਾਗਤ ਕਰਦੇ ਹਾਂ ਔਰ ਬਹੁਤ ਹੀ ਖਾਸ ਖਬਰ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਇਆ, ਜਿਵੇਂ ਕਿ ਬੀਤੇ ਦਿਨ ਕਪੂਰਥਲਾ ਦੇ ਵਿੱਚ ਪਿੰਡ ਜੱਬੋਵਾਲ ਵਿਖੇ ਪਾਸਟਰ ਚਰਨਜੀਤ ਵਾਲੀਆ ਜੀ ਦੀ ਚਰਚ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਜੋ ਕਿ ਨਿਹੰਗ ਸਿੰਘ ਦੇ ਬਾਣੀ ਵਿੱਚ ਸੀ ਆ ਕੇ ਚਲਦੀ ਬੰਦਗੀ ਵਿੱਚ ਅਟੈਕ ਕੀਤਾ ਗਿਆ ਅਤੇ ਉੱਥੇ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਅਤੇ ਔਰਤਾਂ ਦੀ ਮਾਰ ਕੁਟਾਈ ਕੀਤੀ ਗਈ ਅਤੇ ਗਾਲੀ ਗਲੋਚ ਕੀਤਾ ਗਿਆ ਅਤੇ ਪ੍ਰਭੂ ਯਿਸੂ ਮਸੀਹ ਦੇ ਬਾਰੇ ਗਲਤ ਵਰਤੇ ਗਏ ਚਰਚ ਨੂੰ ਬੰਦ ਕਰਵਾਇਆ ਗਿਆ ਅਤੇ ਇਹ ਕਿਹਾ ਗਿਆ ਕਿ ਅੱਜ ਤੋਂ ਬਾਅਦ ਇੱਥੇ ਚਰਚ ਨਹੀਂ ਲੱਗੇਗੀ। ਜਦੋਂ ਇਹ ਮਾਮਲਾ ਪ੍ਰਧਾਨ ਸ਼੍ਰੀ ਜਤਿੰਦਰ ਮਸੀਹ ਪ੍ਰਧਾਨ ਗਲੋਬਲ ਕ੍ਰਿਸ਼ਨ ਐਕਸ਼ਨ ਕਮੇਟੀ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਉਹਨਾਂ ਵੱਲੋਂ ਆਪਣੀ ਟੀਮ ਨਾਲ SSP ਕਪੂਰਥਲਾ ਨਾਲ ਇਸ ਮਾਮਲੇ ਸੰਬੰਧੀ ਮੀਟਿੰਗ ਕਰਕੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਲਈ ਕਿਹਾ ਗਿਆ ਅਤੇ ਉਹਨਾਂ ਵੱਲੋਂ ਵੀ ਇਹ ਵੀ ਕਿਹਾ ਗਿਆ ਕਿ ਅਸੀਂ ਆਪਣੇ ਮਸੀਹ ਭਾਈਚਾਰੇ ਲਈ ਦਿਨ ਰਾਤ ਸੇਵਾ ਵਿੱਚ ਹਾਜ਼ਰ ਹਾਂ। ਇਸ ਮੌਕੇ 'ਤੇ ਪ੍ਰਧਾਨ ਸ਼੍ਰੀ ਹਮੀਤ ਮਸੀਹ, ਲੁਕਸ ਮਸੀਹ, ਜਨਰਲ ਸਕੱਦਰ ਚਰਨਜੀਤ ਗਿੱਲ, ਚੇਅਰਮੈਨ ਸੁਲਤਾਨਪੁਰ ਲੋਧੀ, ਪਾਦਰੀ ਗੌਰਵ ਮਸੀਹ ਗਿੱਲ, ਪ੍ਰਧਾਨ ਲਾਲ ਚੰਦ, ਬ੍ਰਾਂਚ ਪ੍ਰਧਾਨ ਬਲਦੇਵ ਸਿੰਘ ਜੀ ਅਤੇ ਪੂਰੀ ਕਪੂਰਥਲਾ ਦੀ ਗਲੋਬਲ ਕ੍ਰਿਸ਼ਨ ਐਕਸ਼ਨ ਕਮੇਟੀ ਦੀ ਟੀਮ ਹਾਜ਼ਰ ਸੀ। ਔਰ ਆਓ ਅਸੀਂ ਪੂਰੀ ਵੀਡੀਓ ਨੂੰ ਅੱਗੇ ਜਾ ਕੇ ਸੁਣਦੇ ਹਾਂ, ਪੂਰੀ ਜੋ ਕਿ ਨਿਹੰਗ ਸਿੰਘ ਵੱਲੋਂ ਜੋ ਕੰਮ ਕੀਤਾ ਗਿਆ ਔਰ ਉਸ ਪਾਸਚਰ ਦੇ ਸਮੂਹ ਤੋਂ ਵੀ ਜਿਨ੍ਹਾਂ ਦੇ ਚਰਚ ਦੇ ਵਿੱਚ ਇਹ ਹਮਲਾ ਕੀਤਾ ਗਿਆ, ਔਰ ਸਾਡੇ ਬ੍ਰਦਰ ਜਤਿੰਦਰ ਮਸੀਹ ਗੌਰਵ ਜੀ ਵੱਲੋਂ ਵੀ ਉਹਨਾਂ ਦੇ ਕੀ ਸ਼ਬਦ ਨੇ ਇਸ ਬਾਰੇ ਇਸ ਵੀਡੀਓ ਦੇ ਵਿੱਚ ਤੁਸੀਂ ਫੁੱਲ ਇਸ ਅੱਗੇ ਜਾ ਕੇ ਦੇਖੋਗੇ। ਔਰ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਦੇ ਜਾਓ, ਨਾਲ ਨਾਲ ਇਸ ਵੀਡੀਓ ਨੂੰ ਸ਼ੇਅਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਔਰ ਲੋਕਾਂ ਤੱਕ ਇਸ ਵੀਡੀਓ ਨੂੰ ਪਹੁੰਚਾਉਣਾ। ਔਰ ਆਓ ਅਸੀਂ ਪਹਿਲੇ ਵੀਡੀਓ ਨੂੰ ਸੁਣਦੇ ਹਾਂ ਕਿ ਕੀ ਕਿਹਾ ਗਿਆ। ਪੂਰੀ ਸੱਚਾਈ ਵੀਡੀਓ ਦੇ ਵਿੱਚ ਅਸੀਂ ਸੁਣ ਕੇ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਾਂਗੇ। ਔਰ ਲਾਸਟ ਦੇ ਵਿੱਚ ਤੁਸੀਂ ਖੁਦ ਉਸ ਉਹਨਾਂ ਪਾਸਟਰਾਂ ਦੇ ਮੂੰਹ 'ਚੋਂ ਜਿਸ ਪਾਸਟਰ ਜੀ ਦੇ ਚਰਚ ਦੇ ਵਿੱਚ ਹਮਲਾ ਹੋਇਆ ਉਹਨਾਂ ਦੇ ਮੂੰਹ ਤੋਂ ਵੀ ਤੁਸੀਂ ਸੱਚਾਈ ਨੂੰ ਸੁਣੋਗੇ। ਹਾਲੇਲੂਇਆ। ਆਓ ਪਹਿਲੇ ਅਸੀਂ ਵੀਡੀਓ ਨੂੰ ਸੁਣਦੇ ਹਾਂ। ਅੰਦਰ ਕੀ ਨਾਮ ਸਰ? ਮੇਰੇ ਵੱਲੋਂ ਜੈਮਸੀ ਦੀ, ਮੇਰਾ ਨਾਮ ਜਤਿੰਦਰ ਮਸੀਹ ਗੌਰਵ ਆ। ਅੱਜ ਅਸੀਂ ਕਪੂਰਥਲਾ ਵਿਖੇ ਆਏ ਹਾਂ ਜੋ ਪਿਛਲੇ ਦਿਨਾਂ ਦੇ ਵਿੱਚ ਸਾਡੇ ਮਸੀਹ ਭਾਈਚਾਰੇ ਨਾਲ ਧੱਕਾ ਹੋਇਆ, ਸਾਡੇ ਪਾਸਟਰ ਚਰਨ ਵਾਲੀਆ ਜੀ ਇਹਨਾਂ ਦੀ ਚਰਚ ਦੇ ਵਿੱਚ ਕੁਛ ਨਿਹੰਗ ਆ ਕੇ ਉਹਨਾਂ ਨੇ ਤੋੜ ਭੰਨ ਕਰਨੀ ਸਟਾਰਟ ਕਰਤੀ, ਔਰ ਜੋ ਉੱਥੇ ਬਜ਼ੁਰਗ ਸੀ, ਸਾਡੀਆਂ ਭੈਣਾਂ ਮਾਂ ਸੀ, ਸਾਡੇ ਬੱਚੇ ਸੀ, ਉਹਨਾਂ ਨੂੰ ਮਾਰਕੁੱਟ ਕਰਨੀ ਸ਼ੁਰੂ ਕਰਤੀ ਔਰ ਉਹਨਾਂ ਦੇ ਨਾਲ ਬਹੁਤ ਗੰਦਾ ਸਲੂਕ ਕੀਤਾ, ਔਰ ਪੂਰੇ ਮਸੀਹ ਭਾਈਚਾਰੇ ਦੇ ਲਈ ਭੱਦੀਆਂ ਸ਼ਬਦਾਵਲੀਆਂ ਯੂਜ਼ ਕੀਤੀਆਂ, ਔਰ ਸਾਡੇ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਦੇ ਲਈ ਭੱਦੀਆਂ ਸ਼ਬਦਾਵਲੀਆਂ ਜਿਹੜੀਆਂ ਯੂਜ਼ ਕੀਤੀਆਂ, ਔਰ ਇਹਨਾਂ ਨੂੰ ਧਮਕੀ ਦੇ ਕੇ ਗਏ ਵੀ ਤੁਸੀਂ ਇੱਥੇ ਚਰਚ ਨਹੀਂ ਲਗਾਉਣੀ, ਜੇ ਤੁਸੀਂ ਚਰਚ ਲਗਾਓਗੇ ਔਰ ਤੁਹਾਡਾ ਜਿਹੜਾ ਵਾ ਨੁਕਸਾਨ ਅਸੀਂ ਕਰਾਂਗੇ। ਮੈਂ ਪੁੱਛਣਾ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਇਹ ਮਣੀਪੁਰ ਆ ਜੋ ਮਣੀਪੁਰ ਦੇ ਵਿੱਚ ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਸਾਡੀਆਂ ਉੱਥੇ ਭੈਣਾਂ ਦੇ ਨਾਲ ਉਹਨੂੰ ਨੰਗਾ ਕਰਕੇ ਭਜਾਇਆ ਗਿਆ, ਉਹਦਾ ਸਾਡੇ ਇੱਥੇ ਪੰਜਾਬ ਦੇ ਵਿੱਚ ਜਿਹੜਾ ਵਾ ਸਾਡੀਆਂ ਭੈਣਾਂ ਨੂੰ ਉੱਥੇ ਬਦਤਮੀਜ਼ੀ ਕੀਤੀ ਗਈ ਉਹਨਾਂ ਦੇ ਨਾਲ, ਔਰ ਮਸੀਹ ਭਾਈਚਾਰੇ ਨੂੰ ਨੀਚਾ ਦਿਖਾਇਆ ਗਿਆ, ਔਰ ਅੱਜ ਅਸੀਂ ਇੱਥੇ ਪ੍ਰਸ਼ਾਸਨ ਕੋ ਆਏ ਹਾਂ, SSP ਸਾਹਿਬ ਨੂੰ ਮਿਲੇ ਹਾਂ, ਔਰ SSP ਸਾਹਿਬ ਨੇ ਸਾਨੂੰ ਮਿਲ ਕੇ ਭਰੋਸਾ ਦਿੱਤਾ ਵੀ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆ ਉਹ ਬੰਦੇ 'ਤੇ ਕੀਤੀ ਜਾਵੇਗੀ। ਜੀ ਉਹਨਾਂ ਦਾ ਪਤਾ ਨਹੀਂ ਲੱਗਾ, ਮਗਰ ਇਹ ਆ ਵੀ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਉਹ ਲੋਕ ਹੈਗੇ ਸੀ। ਦੇਖੋ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਸਾਡੇ ਲਈ ਸਾਰੇ ਧਰਮ ਸਤਿਕਾਰ ਦੇ ਯੋਗ ਨੇ, ਮਗਰ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਵੀ ਕੋਈ ਵੀ ਬੰਦਾ ਆ ਕੇ ਸਾਡੇ ਚਰਚਸ ਦੇ ਵਿੱਚ ਸਾਡੇ ਮਸੀਹ ਭਾਈਚਾਰੇ ਦੇ ਜਿਹੜੇ ਸਾਡੇ ਚਰਚ ਨੇ ਉਹਨਾਂ ਦੇ ਵਿੱਚ ਆ ਕੇ ਤੋੜ ਭੰਨ ਕਰੇ ਔਰ ਬਸ ਲੁਕੀ ਕਰੇ। ਅੱਜ ਬੜੀ ਵੱਡੀ ਗਿਣਤੀ 'ਚ ਇੱਥੇ ਮਸੀਹ ਭਾਈਚਾਰਾ ਇਕੱਠਾ ਹੋਇਆ ਵਾ, ਸਾਡੇ ਨਾਲ ਜਲੰਧਰ ਤੋਂ ਸਾਡੇ ਹਮੀਦ ਮਸੀਹ ਜੀ, ਪ੍ਰਧਾਨ ਲਾਲ ਚੰਦ ਜੀ, ਹੋਰ ਵੱਖ ਵੱਖ ਜਥੇਬੰਦੀਆਂ ਤੋਂ ਸਾਡੇ ਭਰਾ ਇੱਥੇ ਆਏ ਨੇ, ਪਹੁੰਚੇ ਨੇ। ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ, ਔਰ ਕਦੀ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਾਡੀ CM ਸਾਹਿਬ ਨਾਲ ਬੈਠ ਕੇ ਮੀਟਿੰਗਾਂ ਹੋਈਆਂ ਸੀ, DGP ਸਾਹਿਬ ਦੇ ਨਾਲ ਬੈਠ ਕੇ ਮੀਟਿੰਗਾਂ ਹੋਈਆਂ ਸੀ, ਔਰ ਉਹਨਾਂ ਨੇ ਸਾਨੂੰ ਇਹ ਵਿਸ਼ਵਾਸ ਦਵਾਇਆ ਸੀ ਵੀ ਤੁਹਾਨੂੰ ਆਪਣਾ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ 'ਚ ਕੋਈ ਵੀ ਮੁਸ਼ਕਲ ਨਹੀਂ ਹੁੰਦੀ, ਕਿਉਂਕਿ ਸਾਡਾ ਜਿਹੜਾ ਸੰਵਿਧਾਨ ਆ, ਹਿੰਦੁਸਤਾਨ ਦਾ ਸੰਵਿਧਾਨ, ਸਾਨੂੰ ਇਹ ਇਜਾਜ਼ਤ ਦਿੰਦਾ ਵੀ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰ ਸਕਦੇ ਹੋ। ਆਰਟੀਕਲ 25-28 ਦੇ ਵਿੱਚ ਲਿਖਿਆ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰ ਸਕਦੇ ਹੋ। ਅਗਰ ਕਿਸੇ ਨੂੰ ਸਾਡੇ ਕੋਈ ਮੁਸ਼ਕਲ ਆ, ਉਹ ਵੀ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰੇ, ਅਸੀਂ ਕਿਸੇ ਨੂੰ ਰੋਕਦੇ ਨਹੀਂ ਆ। ਮੈਂ ਇੱਕ ਵਾਰੀ ਫੇਰ ਕਹਿਣਾ ਚਾਹੁੰਦਾ ਵੀ ਸਿੱਖ ਜਿਹੜੇ ਨੇ ਸਾਡੇ ਵੱਡੇ ਭਰਾ ਨੇ, ਸਾਡੇ ਬਹੁਤ ਵਧੀਆ ਉਹਨਾਂ ਦਾ ਨਾਲ ਰਿਲੇਸ਼ਨ ਨੇ, ਹਿੰਦੂ ਭਾਈਚਾਰੇ ਦੇ ਸਾਡੇ ਵੱਡੇ ਭਰਾ ਨੇ, ਮੁਸਲਿਮਾਨ ਭਾਈਚਾਰੇ ਦਾ ਅਸੀਂ ਆਦਰ ਮਾਨ ਸਤਿਕਾਰ ਕਰਦੇ ਹਾਂ, ਮਗਰ ਕੁਛ ਲੋਕ ਜਿਹੜੇ ਸ਼ਰਾਰਤੀ ਆਂਸਰ, ਜਿਹੜੇ ਨਿਹੰਗ ਸਿੰਘਾਂ ਦਾ ਬਾਣਾ ਪਾ ਕੇ ਜਿਹੜੇ ਬੱਚਿਆਂ ਦੇ ਉੱਪਰ ਜ਼ੁਲਮ ਕਰਦੇ ਨੇ, ਭੈਣਾਂ ਦੇ ਉੱਪਰ ਜ਼ੁਲਮ ਕਰਦੇ ਨੇ, ਮੈਂ ਸਮਝਦਾ ਸ਼ਰਮ ਹੋਣੀ ਚਾਹੀਦੀ ਇਹੋ ਜਿਹੇ ਲੋਕਾਂ ਨੂੰ। SSP ਸਾਹਿਬ ਨੇ ਕਿਹਾ ਵੀ ਅਸੀਂ ਸ਼ਾਮ ਤੱਕ ਸਾਰੀ ਜਿਹੜੀ ਆ ਪੜਤਾਲ ਕਰਕੇ ਕਿਹੜੇ ਉਹ ਬੰਦੇ ਸੀ ਉਹਨਾਂ ਨੂੰ ਵੀਡੀਓਸ ਅਸੀਂ ਦਿੱਤੀਆਂ ਵਾ, ਜਿਹੜੀ ਐਪਲੀਕੇਸ਼ਨ ਦਿੱਤੀ ਆ ਉਹਨਾਂ ਜਿਹੜੀਆਂ ਵਾ ਉਹਨਾਂ ਨੂੰ ਫੋਟੋਗ੍ਰਾਫਸ ਦਿੱਤੀਆਂ ਬੰਦਿਆਂ ਦੀਆਂ, ਵੀਡੀਓ ਵੀ ਦਿੱਤੀ ਆ, ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਵਾ ਵੀ ਅਸੀਂ ਜਿਹੜਾ ਉਹਨਾਂ ਦੇ ਪਰਚਾ ਜਿਹੜਾ ਦਰਜ ਕਰ ਦਿਆਂਗੇ।
Praise the Lord. सब नू जैम सिकी खुदावंत अनु सब नू आशीष दे बरकत दे। प्रियो मेरा नाम प्रॉफिट चरणप्रीत वालिया, मैं जलंधर पंजाब नकोदर से कपूरथला रोड पर हमारा चर्च है बिली जल्लोवाल के अंदर। आज मेरे लाइव होने का जो मकसद है मैं आपको बताना चाहता हूँ। आज 11 तारीख दिन संडे और मैं आपको बता देना चाहता हूँ कि आज सत्संग चल रहा था, मीटिंग चल रही थी, संडे सर्विस। तकरीबन 12-1 बजे के बीच में कुछ शरारती अंसर आए और जिन्होंने हमारी चलती चर्च के अंदर आकर प्रॉब्लम को क्रिएट किया, खुदा की आराधना को, वर्शिप को रोका गया। मैं स्टेज पर प्रचार कर रहा था और खुदा के कलाम को कलीसिया को सिखा रहा था और चलती मीटिंग के अंदर चलते प्रचार को रोका गया। और मैं आप सब से, जितने भी प्रभु के आदर योग्य दास और दासियाँ हैं, जितने भी पास्टर एसोसिएशन हैं, प्रभु के बेटे और बेटियाँ हैं, मैं आप सबसे अनुरोध करता हूँ, विनती करता हूँ कि ज़्यादा से ज़्यादा आप इस वीडियो को शेयर करें। अभी भी मैं अपनी चर्च के अंदर चर्च टीम के साथ खड़ा हुआ हूँ। मैं आपको बता रहा हूँ कि तकरीबन 15 से 20 लोग आए जो हथियार उनके थे, जैसे पिस्टल था, बंदूक थी और कई तेज़धार हथियार थे उनके पास। और 250-250 लोग हमारी चर्च के मेम्बर भी थे यहाँ पर, और जिनके बीच में आकर परमेश्वर की आराधना को, परमेश्वर के कलाम को रोका गया। और खुदावन के जब हम आराधना कर रहे थे तो वर्शिप को रोक रहे थे, वो कहते भी चुप करो हमारा, ठीक है। उन्होंने बहुत गलत शब्दावली शब्दों की यूज़ की, गलत शब्दों को यूज़ किया और कलीसिया को बुरा भला बोलना शुरू कर दिया। और मैं आप सबको विनती करता हूँ, रिक्वेस्ट करता हूँ कि आप इस लाइव को ज़्यादा से ज़्यादा आगे शेयर करें ताकि ये वचन जो परमेश्वर ने अभी मैं आपके साथ बांट रहा हूँ, ताकि ये ज़्यादा से ज़्यादा लोगों तक ये बात पहुंच सके कि आज जो हमारे साथ हुआ, आने वाले टाइम के अंदर पंजाब के अंदर बहुत माहौल ख़राब हो रहा है। और आप सब जितने भी प्रभु के दास हैं, आप अपनी यूनिटी दिखाएं। और ये व्यक्ति ये ऐसा जो चर्चों को बंद कर रहे हैं या चर्चों को ख़राब करने की कोशिश कर रहे हैं, जो चलती आराधनाओं को, मीटिंग्स को, संडे सर्विस को बंद कर रहे हैं, आप उनके ऊपर मिलकर कोई एक्शन ले सकें। और हमारे जितने भी पुलिस प्रशासन है उन सबको भी विनती करता हूँ, जितने सोशल मीडिया है मैं उन सबको विनती करता हूँ कि पहले नंबर पर तो इनका ये राइट नहीं है कि कोई चर्च में आकर, ठीक है, चलती मीटिंग को बंद करे। रुकवाया गया तकरीबन 20 लोगों ने, मैं फिर से बोलता हूँ, क्योंकि इससे परमेश्वर के वचन की बेअदबी है कि खुदा के कलाम को रोका गया। तो मैं चाहता हूँ कि इस वीडियो को ज़्यादा से ज़्यादा आगे शेयर किया जाए। और मैं आने वाले टाइम के अंदर आपके साथ जो वीडियो हमने कुछ बच्चों ने बनाई हुई है, चर्च के बच्चों ने बनाई है, दिखाऊंगा कि कैसे वो कौन से शब्दावली को, शब्दों को यूज़ कर रहे हैं। कुछ हमारे सिख भाई थे जो गुरु का बाना पाया हुआ था, मगर फिर भी, ठीक है, उन्होंने आकर ये गलत वर्डिंग को यूज़ किया और परमेश्वर के चलते काम को रोका। तो मैं विनती करता हूँ कि आप सब इस वीडियो को ज़्यादा से ज़्यादा शेयर करें ताकि खुदा का जो राज्य है वो बढ़ सके और हम भी यूनिटी में आएँ। और जो ऐसे शरारती अंसर है इन पर बैठ कर इनसे बात की जाए और ताकि इनको पूछा जाए भी इनको दिक्कत क्या है, प्रॉब्लम क्या है। क्या हम कभी भी इनके चलते सत्संग के अंदर जाकर प्रॉब्लम को कभी क्रिएट नहीं करते? कभी हमने किसी के विरोधता में शब्द को कहीं उल्टा पुल्टा या इधर उधर का नेम कभी नहीं किया? हम तो आराधना कर रहे थे, हम तो अपनी चर्च के अंदर परमेश्वर की वर्शिप कर रहे थे, मगर उन्होंने गाड़ी में आए और वर्शिप को रोका और बहुत से बच्चों को ऐसे डांटा भी उन्होंने, कलीसिया को भी डांट मारी। और मैं आपको थोड़े टाइम के अंदर ही कुछ वीडियोज़ को भी आपको मैं दूंगा। और प्लीज़ रिक्वेस्ट है भी जितनी पास्टर एसोसिएशन हैं, जितने भी खुदा के लोग हैं, इस वीडियो को ज़्यादा से ज़्यादा शेयर करें, मेरी सबसे विनती है। क्योंकि आज, ठीक है, जलंधर पंजाब में ऐसा काम हुआ है, क्योंकि हमने और अलग अलग एरिया के अंदर देखा है कि चलती मीटिंगों को रोका गया, मगर पंजाब के अंदर, जलंधर के अंदर ये फर्स्ट टाइम हुआ है जहाँ पर आज आकर चलती मीटिंग को रोका गया।